ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਨਵੇਂ ਸਾਲ ਦੀਆਂ ਇੱਕ ਵਾਰ ਤੁਹਾਨੂੰ ਫੇਰ ਢੇਰ ਸਾਰੀਆਂ ਮੁਬਾਰਕਾਂ। ਜਿਹੜੇ ਹੁਣੇ ਹੁਣੇ ਟੀਵੀ ਸੈੱਟ ਦੇ ਮੂਹਰੇ ਆ ਕੇ ਬੈਠੇ ਨੇ, ਬਾਈ ਅਸੀਂ ਦੱਸ ਦਈਏ ਕਿ ਅਸੀਂ ਫਿਰਦੇ ਹਾਂ ST ਕਾਲਜ, ਜਿਹੜਾ ਕਿ ਅੰਬਾਲਾ ਦੇ ਵਿੱਚ ਪੈਂਦਾ। ਬਹੁਤ ਸ਼ਾਨਦਾਰ ਕਾਲਜ ਹੈ ਜੀ, ਬੱਚੀ ਵੀ ਟੈਲੈਂਟਡ ਨੇ ਅਤੇ ਟੈਲੈਂਟ ਬਾਕੀ ਹੋਰ ਅਸੀਂ ਦੇਖ ਰਹੇ ਹਾਂ ਕਿੰਨਾ ਕੁ ਹੈਗਾ। ਅਤੇ ਹੁਣ ਮੇਰੇ ਨਾਲ ਸੋਹਣੇ ਸੋਹਣੇ ਮੁੰਡੇ, ਸੋਹਣੇ ਸੋਹਣੀਆਂ ਕੁੜੀਆਂ, ਉਹ ਐਨਕਾਂ ਦੇਖੋ ਚਸ਼ਮੇਦਾਰ ਹੈ, ਸਟਾਈਲਿਸ਼ ਮੁੰਡਾ ਉੱਥੇ ਹੀ ਖੜਾ ਹੈ, ਇੱਧਰ ਸੋਹਣੇ ਸੋਹਣੇ ਪੱਗਾਂ ਪੱਗਾਂ ਵਾਲੇ ਮੁੰਡੇ ਵੀ ਖੜੇ ਨੇ। ਸੋ ਆਪਾਂ ਗੱਲਬਾਤ ਕਰਦੇ ਹਾਂ, ਇੱਕ ਛੋਟੀ ਜਿਹੀ ਖੜੀ ਹਾਂ ਜੀ, ਆ ਜਾਓ ਜੀ, ਆ ਜਾਓ। ਕਿੱਦਾਂ ਜੀ? ਵਧੀਆ ਜੀ, ਤੁਸੀਂ ਦੱਸੋ। ਤੁਸੀਂ ਸਕੂਲ ਤੋਂ ਭੱਜ ਕੇ ਨਹੀਂ ਆ ਗਏ ਇੱਥੇ? ਹਾਂਜੀ ਹਾਂਜੀ, 3 ਸਾਲ ਹੋ ਗਏ ਇੱਥੇ ਕਾਲਜ। ਅੱਛਾ, 3rd ਇਅਰ ਹੈ। ਹਾਂਜੀ, ਠੀਕ ਹੈ ਠੀਕ ਹੈ ਠੀਕ ਹੈ। ਗੀਤ ਆਉਂਦਾ ਤੁਹਾਨੂੰ? ਹਾਂਜੀ ਆਉਂਦਾ। ਆਉਂਦਾ ਨਾ? ਕੁੜੀਆਂ ਔਖੀਆਂ ਮੰਨਦੀਆਂ ਵੀ ਨਹੀਂ, ਮੈਂ ਤਾਂ ਗਾਉਂਦੀ ਨਹੀਂ, ਨਖਰੇ ਬਹੁਤ ਮਾਰਦੀਆਂ ਨਹੀਂ, ਮੈਨੂੰ ਨਹੀਂ ਆਉਂਦਾ। ਪਹਿਲੀ ਵਾਰ 'ਚ ਮੰਨ ਗਈ ਕੁੜੀ, ਅਤੇ ਸੁਣਾਓ ਜੀ। ਉਹ ਵੀ ਲੁੱਟ ਕੇ ਮੇਰੀ ਨੀਂਦ ਲੈ ਗਿਆ ਰਾਤਾਂ ਦੀ, ਮੈਂ ਵੀ ਲੁੱਟ ਕੇ ਉਹਦਾ ਚੈਨ ਵੈਨ ਸਭ ਲੈ ਆਈਆਂ। ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ, ਮੈਂ ਵੀ ਸੰਗਦੀ ਸੰਗਦੀ ਬੁੱਲਾਂ ਚੋਹਾਂ ਕੇ ਆਈਆਂ। ਬੜਾ ਕੋਟ ਕਰ ਮਨਾਲੀਓ ਆਏ? ਨਹੀਂ ਨਹੀਂ, ਯਹੀ ਸੇ ਆਏ ਹਾਂ। ਯਹੀ ਸੇ ਆਏ ਹਾਂ। ਬੋਲੇ ਬੋਲੇ ਵੱਡੇ ਵੱਡੇ ਮਗਲੈਲ ਹੈਂ, ਵੱਡੇ ਵੱਡੇ ਆ, ਕੀ ਕਰੇ, ਵੱਡੇ ਵੱਡੇ ਪਰਸ। ਹੋਰ ਕੀ ਹਾਲ ਚਾਲ ਹੈ ਜੀ? ਸਭ ਬੜਿਆ। ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਬੀਬੀਸੀ ਬਿਲੋਂਗ ਤੋਂ ਗੁਜਰਾਤ ਸੇ ਕਰਦੀ ਹੂੰ। ਉੱਥੋਂ? ਹਾਂਜੀ। ਓਏ ਹੋਏ, ਬਚਪਨ ਸੇ ਯਹੀ ਰਹਿ ਰਹੇ? ਬਚਪਨ ਸੇ ਯਹੀ? ਹਾਂਜੀ। ਬੱਲੇ ਬੱਲੇ, 2014 ਕਿੱਦਾਂ ਰਿਹਾ? ਬਹੁਤ ਬੜਿਆ, ਸਭ ਸੇ ਬੇਸਟ ਥਿੰਗ ਖਾਨਸ ਕਾ ਪੈਚਅਪ ਹੋ ਗਿਆ। ਹਾਂ, ਖਾਨਸ ਕਾ ਪੈਚਅਪ ਹੋ ਗਿਆ। 3 ਖਾਨ। ਅੱਛਾ, ਕਿਹੜੇ ਕਿਹੜੇ? ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ। ਅੱਛਾ, ਡੀਡੀਐਲ ਜੀ ਕੇ 1000 ਵੀਕਸ ਪੂਰੇ ਹੋ ਗਏ। ਤੁਹਾਡੀ ਰੋਟੀ ਫਿਰਦੀ ਹੈ, ਰੋਟੀ ਵੀਡੀਓ ਖਾਨ ਕੱਟੇ ਹੋ ਗਏ ਡੀਡੀਐਲ ਜੀ। ਅੱਛਾ, ਨਹੀਂ ਉਹ ਤਾਂ ਠੀਕ ਹੈ, ਤੁਹਾਡੇ ਨਾਲ ਕੀ ਹੋਇਆ? ਹਮਾਰੇ ਸਾਹਿਬ ਵੀ ਸਭ ਬੜਿਆ, ਹਮ ਫਾਈਨਲ ਈਅਰ ਮੇ ਆ ਗਏ। ਓਏ ਹੋਏ, ਡਰ ਸੀਗਾ ਵੀ ਫੇਲ ਫੂਲ ਨਾ ਹੋ ਜੀ। ਹਾਂਜੀ, ਫਿਰ ਵੀ ਥੋੜ੍ਹਾ ਜਿਹਾ ਸੀਨੀਅਰ ਮੋਸਟ। ਹਾਂ ਹਾਂ, ਆਇਆ ਸੀਨੀਅਰ ਹੋ ਗਏ ਹੁਣ। ਅੱਛਾ, ਟੰਗ ਟਵਿਸਟਰ ਹੈ, ਕੁਛ ਊਂਟ ਊਚਾ, ਕੁਛ ਪੂਛ ਊਚੀ ਊਂਟ ਕੀ? ਕੁਛ ਊਂਚ ਊਠਾ, ਆਈ ਡੋਨਟ ਨੋ। ਤੋ ਠੀਕ ਹੈ ਜੀ, ਨਵਾਂ ਸਾਲ ਮੁਬਾਰਕ। ਆਪਕੋ ਵੀ। ਥੈਂਕ ਯੂ ਜੀ। ਇੱਧਰ ਇੱਧਰ ਹੈ, ਆ ਦੁਪੱਟਾ ਤੇਰਾ 7 ਰੰਗ ਦਾ ਸੁਣਿਆ ਸੀ, ਚਸ਼ਮਾ ਤੇਰਾ 7 ਰੰਗ ਦਾ ਪਹਿਲੀ ਵਾਰ ਆਇਆ ਬਾਈ। ਅਭੀ ਸਪੈਸ਼ਲੀ ਮੰਗਾਇਆ, ਬਸ ਕੀ ਕਰੇ, ਦੋਸਤ ਨੇ ਗਿਫਟ ਕਰ ਦਿਆ। ਓਏ ਹੋਏ ਹੋਏ, ਸਾਨੂੰ ਤੁਸੀਂ ਸਾਨੂੰ ਕਰ ਦੋ। ਹਾਂ ਨਹੀਂ ਜੀ, ਇੱਕ ਹੀ ਹੈ, ਬੜੀ ਮੁਸ਼ਕਿਲ, ਬੜੀ ਮੁਸ਼ਕਿਲ ਨਾਲ ਗਿਫਟ ਆਇਆ। ਨਹੀਂ ਨਹੀਂ, ਮੈਂ ਮਜ਼ਾਕ ਕਰਦਾ, ਸੀਰੀਅਸ ਲੈ ਗਿਆ ਵੀ ਕਿਤੇ ਲੈ ਨਾ ਜਾਵੇ। ਨਹੀਂ ਨਹੀਂ, ਭਰਾਵਾ ਮੈਂ ਨਹੀਂ ਲੈ ਕੇ ਜਾਂਦਾ, ਕੋਈ ਚੱਕਰ ਨਹੀਂ। ਹੋਰ ਕਿਹੜਾ ਈਅਰ ਆਪਣਾ? ਮੇਰਾ ਫਾਈਨਲ ਈਅਰ ਹੈ, 5ਵਾਂ ਸਾਲ। ਧੂਆਂ ਇਧਰੋਂ ਪੈਪ ਫੜ, ਉਧਰੋਂ ਪੈਪ ਛੱਡ। ਅੱਛਾ, ਕੋਈ ਫਾਰਮੂਲਾ ਸਿਖਾਓ ਮੈਨੂੰ। ਗ੍ਰੇਡੀਐਂਟ ਆਫ ਪੋਟੈਂਸ਼ੀਅਲ ਇਜ਼ ਇਕੁਅਲ ਟੂ ਇਲੈਕਟ੍ਰਿਕ ਫੀਲਡ। ਗ੍ਰੇਡੀਐਂਟ ਆਫ ਪੋਟੈਂਸ਼ੀਅਲ ਇਕੁਅਲ ਟੂ ਇਲੈਕਟ੍ਰਿਕ ਫੀਲਡ, ਇਹਨੂੰ ਤੁਸੀਂ ਗਾਉਣਾ ਹੁਣ। ਹਾਂ, ਗ੍ਰੇਡੀਐਂਟ ਆਫ ਪੋਟੈਂਸ਼ੀਅਲ ਇਜ਼ ਇਕੁਅਲ ਟੂ gradient of potential is equal to electric field, gradient of potential is equal to electric field. Thank you, thank you, bahut sona chashma, bahut sona apna formula physics wala, to puch lo. Thank you. Naam? Haan ji, haan ji, Sunny. Sunny Leon. ਤੰਗ ਕੀਤਾ ਮਜ਼ਾਕ ਵੀਰੇ। ਸਨੀ ਕਸ਼ਯਪ। ਹਾਂਜੀ, ਸਨੀ ਕਸ਼ਯਪ ਵੀਰਾ, ਬਹੁਤ ਸੋਹਣਾ, ਬਹੁਤ ਸੋਹਣੀ ਆਵਾਜ਼। ਹਾਂਜੀ, ਹੋਰ ਕਿੱਦਾਂ ਜੀ? ਵਧੀਆ ਜੀ, ਠੀਕ ਠਾਕ। ਬਹੁਤ ਵਧੀਆ ਜੀ। ਕੀ ਨਾਮ ਹੈ ਆਪਣਾ? ਬਿੰਦਰ ਬੈਗਲ। ਬਿੰਦਰ ਬੈਗਲ, ਯੈਸ ਜੀ। ਠੀਕ ਹੈ ਠੀਕ ਹੈ ਠੀਕ ਹੈ, ਦੋਵੇਂ ਬੀ 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 ਜਿਵੇਂ। ਠੀਕ ਹੈ ਠੀਕ ਹੈ, ਅਤੇ ਕਿਹੜਾ ਯਾਰ ਆਪਣਾ? ਮੇਰਾ ਜੀ 4th ਸਾਲ ਹੈ, ਬਾਕੀ ਸਪਲੀਆਂ ਬਹੁਤ ਇਕੱਠੀਆਂ ਹੋ ਗਈਆਂ। ਰਜਾਈ ਦੀ ਪੰਡ ਵਾਂਗੂ ਇਕੱਠੀਆਂ ਹੋ ਗਈਆਂ, ਬਹੁਤ ਜ਼ਿਆਦਾ ਹੋ ਗਈਆਂ, ਔਖਾ ਹੀ ਲੱਗ ਰਿਹਾ। ਇਹ ਆਪਣਾ ਕੀ ਪਲਾਨ ਆ, ਵੀ ਸਪਲੀਆਂ ਨਿਕਲ ਜਾਣਗੀਆਂ ਕਿ ਨਹੀਂ? ਔਖਾ ਹੀ ਲੱਗਾ ਜੀ ਬਾਈ, ਹੁਣੇ ਡਰ ਰਿਹਾ, ਕੋਈ ਚੱਕਰ ਨਹੀਂ, ਕੋਈ ਜੰਗਾੜ ਲਾ ਲਾਂਗੇ ਕੋਈ ਲਾਓ। ਪਤਾ ਕੀ, ਇੱਕ ਨਾ ਸਪੋਜ਼ ਕਰੋ ਵੀ ਮੈਂ ਤੁਹਾਡੇ ਮਾਸਟਰ ਸੀ ਹਾਂ, ਸਪੋਜ਼ ਕਰੋ। ਬਿਲਕੁਲ ਠੀਕ ਹੈ, ਤੁਸੀਂ ਹੁਣ ਇਸ ਤਰ੍ਹਾਂ ਰਿਕੁਐਸਟ ਕਰਨੀ ਹੈ ਬਈ, ਮੈਂ ਮੰਨ ਜਾ ਵੀ ਕੋਈ ਚੱਕਰ ਨਹੀਂ, ਸਪਲੀਆਂ ਮੈਂ ਪਾਸ ਲਾਈ ਤੁਰੀ ਜਾਵਾਂ, ਆਹ ਤੁਹਾਡੇ ਹੱਥ ਮਾਈਕ ਹੈ, ਠੀਕ ਹੈ, ਮੈਂ ਤੁਹਾਡਾ ਸਾਰਾ ਜੀ। ਸਰ ਜੀ, ਹੋਰ ਰਾਜੇ ਕਿੱਦਾਂ? ਮਿੰਤਾਂ ਵਾਲਾ ਕੰਮ ਹੈ ਜੀ, ਮੈਨੂੰ ਮੱਥਾ ਟੇਕਣਾ? ਨਾ ਜੀ, ਨਾ ਕਹੀ ਨਹੀਂ। ਹੋਰ ਰਾਜੇ ਕਿੱਦਾਂ, ਕੀ ਬਹੁਤ ਵਧੀਆ ਜੀ, ਬਾਕੀ ਇੱਕ ਗੱਲ ਕਰਨੀ ਤੁਹਾਡੇ ਨਾਲ। ਹਾਂਜੀ ਹਾਂਜੀ ਰਾਜੇ, ਕੀ ਚੱਕਰ ਪੈ ਗਿਆ? ਉਹ ਜੀ ਬਸ ਇੱਕੀ ਵਾਰ ਟੈਂਟ ਸਾਹਿਬ ਘੱਟੇ ਲੱਗੀਆਂ। ਅੱਛਾ, ਇੱਕ ਨੂੰ ਫੋਨ ਆ ਗਿਆ ਜੀ, ਹੈਲੋ। ਨਾ ਜੀ, ਆ ਮੁੰਡਾ ਆ ਆਪਣੇ ਕੋਲ, ਇੱਕ ਨੂੰ ਬਾਅਦ ਕਰਨਾ। ਹਾਂਜੀ, ਉਹ ਟੈਂਟ ਸਾਹਿਬ ਘੱਟੇ ਲੱਗੀਆਂ ਜੀ। ਕਿੱਥੇ ਕਿੱਥੇ ਫਿਰਦੇ, ਕਿੱਥੇ ਫਿਰਦੇ ਬਾਈ? ਅਸੀਂ ਯਹੀ ਕਹਾਂ, ਸੁਰਭੀ ਪ੍ਰਿਯੰਕਾ ਨੀਰੂ, ਨੀਰੂ ਕੇ ਪਾਸ ਉਪਾਸਨਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਬਾਈ, ਮੈਂ ਕਰ ਦੂੰਗਾ, ਸਾਰੇ ਮੰਨ ਗਿਆ, ਸਾਰੇ ਮੰਨ ਗਿਆ। ਸੋ ਕੋਈ ਨਹੀਂ, ਉਪਾਸਨਾ ਜੀ ਨਾਲ ਕੋਈ ਚੱਕਰ ਨਹੀਂ, ਸਾਰੇ ਕਹਿੰਦਾ ਠੀਕ ਹੈ। ਆ ਜਾਓ ਜੀ, ਸੋਹਣੇ ਸੁਨੱਖੇ ਪੱਗਾਂ ਵਾਲੇ ਬਾਈ, ਕੀ ਹਾਲ ਚਾਲ ਹੈ ਜੀ? ਵਧੀਆ ਜੀ, ਤੁਸੀਂ ਦੱਸੋ ਕੀ ਹਾਲ ਹੈ? ਬਸ ਠੀਕ ਹੈ, ਮੇਰਾ ਤਾਂ ਕੋਈ ਹਾਲ ਚਾਲ ਪੁੱਛਦਾ ਨਹੀਂ ਭਰਾਵਾ, ਤੁਸੀਂ ਪੁੱਛ ਲਿਆ, ਧੰਨਵਾਦ ਤੇਰਾ। ਅਤੇ ਗੀਤ? ਗੀਤ ਤਾਂ ਸੁਣਦੇ ਹਾਂ, ਗਾਉਂਦੇ ਤਾਂ ਹੈ ਹੀ ਨਹੀਂ। ਹਾਂ, ਸਾਡਾ ਚਾਚਾ ਜੀ ਗਾਉਂਦੇ ਨੇ,
ਚਾਚਾ ਜੀ ਚਾਚਾ ਜੀ ਆ ਜਾਓ ਚਾਚਾ ਜੀ ਨੂੰ ਅੱਗੇ ਕਰ ਦਈਏ ਆਪਾਂ ਚਾਚਾ ਜੀ ਨੂੰ ਅੱਗੇ ਕਰ ਦਈਏ ਹਾਂਜੀ ਭਤੀਜਿਆਂ ਨੇ ਕੀਤੇ ਚਾਚਾ ਨੂੰ ਅੱਗੇ ਸੋ ਸਵੇਰ ਦੀ ਵੀਰੇ ਹਨਾ ਆ ਭਤੀਜੇ ਥੋੜੇ ਨੇ ਚਾਚਾ ਚਾਚਾ ਕਰਤੀ ਵੀ ਚਾਚਾ ਜੀ ਗੀਤ ਗਾਉਣਗੇ ਕੀ ਨਾਂ ਕੀ ਵੀਰੇ ਆਪਣਾ ਜੈਲੀ ਆ ਜੀ ਆਪਾਂ ਵੀਰੇ ਜੈਲੀ ਚਾਚਾ ਹੀ ਕਹਿੰਦੇ ਆ ਜੈਲੀ ਚਾਚਾ ਜੈਲੀ ਚਹਿਲ ਹਾਂਜੀ ਜੈਲੀ ਚਹਿਲ ਨਹੀਂ ਚਹਿਲ ਜਰਨੈਲ ਚਾਚਾ ਕੁੜੀਆਂ ਵੀ ਪੂਰੇ ਵੇਂ ਜਰਨੈਲ ਚਾਚਾ ਜੀ ਨੇ ਗੀਤ ਗਾਇਆ ਜੈਲੀ ਚਾਚਾ ਜੀ ਗੀਤ ਗਾਣਗੇ ਸੋ ਜੈਲੀ ਚਾਚਾ ਤਿਆਰ ਹੋ ਮੇਰੇ ਗੀਤ ਲਈ ਹਾਂਜੀ ਹਾਂ ਚਲੋ ਠੀਕ ਹੈ ਲਓ ਜੀ ਫਿਰ ਹੁਣ ਐਮ ਐਚ 1 ਦੇ ਉੱਤੇ ਕੰਟੀਨਿਊ ਮੰਡੀਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਜੈਲੀ ਹਾਂਜੀ ਜਾਦੇ ਜਾਦੇ ਫਿਰ ਖਿੱਚ ਗਏ ਆ ਹੁੰਦੀ ਹੈ ਕਲਾ ਕੇ ਫੈਨ ਬੋਲਿੰਗ ਹਾਂਜੀ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਅੱਜ ਕੱਲ ਚੰਡੀਗੜ੍ਹ ਸਾਰਿਆਂ ਲਈ ਕੈਨੇਡਾ ਬਣਿਆ ਪਿਆ ਹੈ ਪੂਰਾ ਤਾਂ ਮੈਂ ਉਹਦੇ ਤੇ ਗੀਤ ਲਿਖਿਆ ਸੀ ਜੀ ਸੁਣ ਕੇ ਜੀ ਉਹ ਕੀ ਗੱਲ ਮੈਂ ਸੁਣਾਵਾਂ ਯਾਰ ਉਹ ਚੰਡੀਗੜ੍ਹ ਦੀ ਕੈਨੇਡਾ ਹੋ ਗਿਆ ਪੰਜਾਬੀਆਂ ਲਈ ਚੰਡੀਗੜ੍ਹ ਨੀ ਕੋਈ ਆਵੇ ਪਟਿਆਲਾ ਸ਼ਾਹੀ ਪੋਚ ਪੋਚ ਕੇ ਕਈ ਮੁੱਛਾਂ ਨੂੰ ਚੜਾਉਂਦੇ ਵੱਟ ਠੋਕ ਠੋਕ ਕੇ ਕਈ ਕੁੜਤੇ ਪਜਾਮੇ ਕਈ ਟੋਮੀ ਦੇ ਸ਼ੌਕੀਨ ਦਿਲ ਵਿੱਚ ਰੱਖੀ ਮਿਲੇ ਸੋਹਣੀ ਜੀ ਅਸੀਂ ਮਿਲੂ ਮਿਲੂ ਬਾਈ ਉਹ ਰੋਕ ਹੁਸਨਾ ਦੀ ਭਰੀ ਮੈਂ ਵੀ ਲੇਖ ਤੇ ਐਕਸਕਿਊਜ਼ ਮੀ ਪਲੀਜ਼ ਗੱਲ ਕਰਨੀ ਯਾਰ ਚੰਡੀਗੜ੍ਹ ਦੀ ਕੈਨੇਡਾ ਹੋ ਗਿਆ ਪੰਜਾਬੀਆਂ ਲਈ ਚੰਡੀਗੜ੍ਹ ਨੀ ਉਹ ਅੱਖਾਂ ਵਿੱਚ ਅੱਖਾਂ ਪਾ ਕੇ ਉਹ ਵੀ ਗੱਲ ਕਰ ਗਈ ਔਰ ਤੇਰੀ ਵੇਖ ਜੈਲੀ ਹਾਏ ਮੈਂ ਤਾਂ ਮਰ ਗਈ ਅੱਖਾਂ ਵਿੱਚ ਅੱਖਾਂ ਪਾ ਕੇ ਉਹ ਵੀ ਗੱਲ ਕਰ ਗਈ ਔਰ ਤੇਰੀ ਵੇਖ ਚਾਚਾ ਹਾਏ ਮੈਂ ਤਾਂ ਮਰ ਗਈ ਉਹ ਲਿਖੀ ਆਪਣਾ ਸੀ ਨੰਬਰ ਫੜਾ ਗਈ ਇੰਨੀ ਰਾਤ ਨੂੰ ਵੀ ਮੈਨੂੰ ਕਾਲ ਕਰ ਲਈ ਸੁਣਾਵਾ ਯਾਰ ਚੰਡੀਗੜ੍ਹ ਦੀ ਕੈਨੇਡਾ ਹੋ ਗਿਆ ਪੰਜਾਬੀਆਂ ਲਈ ਚੰਡੀਗੜ੍ਹ ਨਹੀਂ ਤੋ ਬਹੁਤ ਵਧੀਆ ਲੱਗਿਆ ਜੀ ਚਲੀ ਚਾਚਾ ਜੀ ਕੁੜੀ ਨੰਬਰ ਫੜਾਇਆ ਚਾਚਾ ਜੀ ਨੂੰ ਗੱਲ ਬਣ ਗਈ ਹੈ ਫੜਦੀ ਨਹੀਂ ਚਾਚੀ ਨੇ ਠੀਕ ਹੈ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਰਾਮ ਰਾਮ ਜੀ ਕੀ ਹਾਲ ਚਾਲ ਜੀ ਜੀ ਹਮ ਤੋ ਠੀਕ ਹੈ ਤੁਮ ਬਤਾਓ ਹੈਂਜੀ ਤੁਮ ਬਤਾਓ ਜੀ ਤੁਮ ਬਤਾਓ ਮਤਲਬ ਹਮ ਬਤਾ ਹਮ ਹਾਂ ਹਮ ਪੂਰਾ ਫਿੱਟ ਹੈ ਜੀ ਹਾਂਜੀ ਹਾਂਜੀ ਹਰਿਆਣਵੀ ਜਾਈ ਅੱਛਾ ਜੇ ਮੈਂ ਕਹਿਣਾ ਹੋਵੇ ਵੀ ਮੈਂ ਕੰਟੀਨੀ ਮੰਡੀਰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਕਿੱਦਾਂ ਬੋਲੂਗਾ ਕੰਟੀਨੀ ਮੰਡੀਰ ਪ੍ਰੋਗਰਾਮ ਕੰਟੀਨੀ ਮੰਡੀਰ ਮੈਂ ਹਾਂ ਤੇਰਾ ਬਹੁਤ ਬਹੁਤ ਸਵਾਗਤ ਹੈ ਆ ਹਾਂ ਜੇ ਗਾਣਾ ਹੁੰਦਾ ਤੁਹਾਨੂੰ ਹਰਿਆਣਵੀ ਜੀ ਆਵੇ ਹੈ ਸੁਣਾਓ ਸੁਣਾਓ ਆਵੇ 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 ਹਰੀਪਾ ਹਾਂਜੀ ਇੱਕ ਛੋਰੀ ਬੜੀ ਕਮਾਲ ਨਜ਼ਰਾਂ ਤੇ ਵਾਰ ਕਰੇ ਇੱਕ ਛੋਰੀ ਬੜੀ ਕਮਾਲ ਉੱਠ ਕੇ ਦੱਸ ਜੀ ਨਜ਼ਰਾਂ ਤੇ ਕਰੇ ਸੇ ਨਜ਼ਰਾਂ ਤੇ ਵਾਰ ਕਰੇ ਸੇ ਕਰੇ ਸੇ ਦਿਲ ਕੇ ਪਾਰ ਕਰੇ ਕਰੇ ਸੇ ਇੱਕ ਛੋਰੀ ਬੜੀ ਕਮਾਲ ਇੱਕ ਛੋਰੀ ਬੜੀ ਕਮਾਲ ਇਹਦੇ ਨਜ਼ਰਾਂ ਸੇ ਬਾਹਰ ਕਰੇ ਵੇ ਤਾਲ ਤਾੜੇ ਤਾੜੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਐ ਜਾਏਗੀ ਇਹ ਬੜੀ ਆਵਾਜ਼ ਜੀ ਗੱਡੀ ਕਿੱਥੋਂ ਗੱਡੀ ਹੈ ਅੰਦਰੋਂ ਗੱਡੀ ਅੰਦਰੋਂ ਗੱਡੀ ਆਏ ਆ ਹੋ ਗਿਆ ਜਾ ਬਸ ਵਧੀਆ ਤੁਹਾਡੇ ਖਿਆਲ ਆ ਉਹ ਮੇਰਾ ਗਿਆ ਲਓ ਜੀ ਫੇਰ ਮੇਰੇ ਖਿਆਲ ਆ ਗਏ ਫੇਰ ਮੇਰੇ ਖਿਆਲ ਆ ਗਏ ਹਾਂਜੀ ਕਿੱਦਾਂ ਜੀ ਉਧਰੋਂ ਆਵਾਜ਼ ਆ ਰਹੀ ਆ ਬੋਲਦੇ 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 ਜੁੱਤੀ ਬਹੁਤ ਸੋਹਣੀ ਪਾਈ ਪਹਿਲਾਂ ਤਾਂ ਅੱਛਾ ਜੀ ਹਾਂ ਤੇ ਆਪਾਂ ਆਪਾਂ ਕਿੱਦਾਂ ਰਿਹਾ 2014 ਬਸ ਠੀਕ ਠਾਕ ਠੀਕ ਠਾਕ ਰਿਹਾ ਤੇ ਕੀ ਨਾਮ ਨਾਮ ਕੀ ਹੈ ਪ੍ਰੀਤ ਪ੍ਰੀਤ ਤੇ ਗੀਤ ਗੀਤ ਆਉਣਾ ਆਉਂਦਾ ਗੀਤ ਗੀਤ ਵੀ ਆਉਂਦਾ ਸ਼ਾਇਰੀ ਵੀ ਆਉਂਦੀ ਆ ਕੀ ਸੁਣਾਓਗੇ ਪਹਿਲਾਂ ਸ਼ਾਇਰੀ ਪਹਿਲਾਂ ਸ਼ਾਇਰੀ ਸੁਣਾ ਦਿਓ ਕੀ ਹਾਲ ਸੁਣਾਵਾਂ ਆਪਣੀ ਕਲਾਸ ਦਾ ਉੱਥੇ ਕਿਹੜਾ ਪੜ੍ਹਾਈਆਂ ਹੁੰਦੀਆਂ ਸੀ ਹੱਥਾਂ 'ਚ ਹੁੰਦੇ ਸੀ ਮੋਬਾਈਲ ਤਾਂ MP3 ਚਲਾਏ ਹੁੰਦੇ ਸੀ ਕੰਟੀਨ ਵਿੱਚ ਵੀ ਕਦੇ ਵਿਹਲੇ ਨਹੀਂ ਸੀ ਬੈਠੇ ਉੱਥੇ ਸਮੋਸਿਆਂ ਦੀ ਰੇਲ ਬਣਾਈ ਹੁੰਦੀ ਸੀ ਦੁਬਾਰਾ ਦੁਬਾਰਾ ਕੰਟੀਨ ਵਾਲੀ ਦੁਬਾਰਾ ਥੋੜਾ ਆਏ ਕੰਟੀਨ ਵਿੱਚ ਵੀ ਕਦੇ ਵਿਹਲੇ ਨਹੀਂ ਸੀ ਬੈਠੇ ਉੱਥੇ ਸਮੋਸਿਆਂ ਦੀ ਰੇਲ ਬਣਾਈ ਹੁੰਦੀ ਸੀ ਬਣਾਈ ਸੀ ਪ੍ਰੀਤ ਬੈਠੀ ਹੁੰਦੀ ਆ ਅਖੀਰਲੇ ਬੈਂਚ ਤੇ ਆਖੇ ਪਹਿਲੇ ਬੈਂਚ ਵਾਲੀ ਤੇ ਟਕਾਈ ਹੁੰਦੀ ਸੀ ਇਹ ਪ੍ਰੀਤ ਬੈਠੀ ਹੁੰਦੀ ਸੀ ਆਖਰੀ ਬੈਂਚ ਤੇ ਅੱਖ ਪਹਿਲੇ ਵਾਲੇ ਬੈਂਚ ਤੇ ਟਕਾਈ ਹੁੰਦੀ ਸੀ ਓਏ ਹੋਏ ਹੋਏ ਬਹੁਤ ਚੰਗਾ ਕੰਮ ਨੇਕ ਕੰਮ ਕਰਦੇ ਦੇਖ ਰਹੇ ਹੈ ਬਹੁਤ ਇਹ ਕੰਮ ਲਾਜਵਾਬ ਲਾਜਵਾਬ ਕੰਮ ਹੈ ਤਾਂ ਵੀ ਅੱਖ ਅੱਖ ਦੇਖੋ ਸੌਖੀ ਕਿਤੇ ਟਕਾਉਣੀ 10 ਬੈਂਚ ਹੋਣ ਅੱਖ ਐਂ ਟਕਾਉਣੀ ਹੈ ਇਹ ਤਾਂ ਬਹੁਤ ਲਾਜਵਾਬ ਕੰਮ ਹੈ ਇਹ ਹਰੇਕ ਤੋਂ ਨਹੀਂ ਹੁੰਦਾ ਹੈਗੇ ਨਹੀਂ ਤੇ ਹੁਣ ਗੀਤ ਤੇਰੇ ਬਾਰ ਬਾਰ ਛੇੜਨ ਤੇ ਮੁੰਡਿਆ ਮੈਂ ਬੜਾ ਤੰਗ ਆਈ ਹੋਈ ਆ ਬੰਦਾ ਬਣ ਜਾ ਭੈੜੀ ਬੁੱਥੀ ਵਾਲਿਆ ਮੈਂ ਪੈਰੀ ਜੁੱਤੀ ਪਾਈ ਹੋਈ ਆ ਇੱਕ ਜੁੱਤੀ ਨਾਲ ਮੈਂ ਤਾਂ ਕੁੱਟੇ 3000 ਵੇ ਇੱਕ ਜੁੱਤੀ ਨਾਲ ਮੈਂ ਤਾਂ ਕੁੱਟੇ 3000 ਵੇ ਬਸ ਮੈਨੂੰ ਆਇਆ ਹੁਣ ਤੇਰਾ ਹੀ ਖਿਆਲ ਵੇ ਚਲੋ ਸ਼ੁਕਰ ਖਿਆਲ ਆ ਹਾਂਜੀ ਇੱਕ ਜੁੱਤੀ ਨਾਲ ਮੈਂ ਤਾਂ ਕੁੱਟੇ 3000 ਵੇ ਬਸ ਮੈਨੂੰ ਆਇਆ ਹੁਣ ਤੇਰਾ ਹੀ ਖਿਆਲ ਵੇ ਕਿਉਂ ਬਾਜ਼ਾਰ ਵਿੱਚ ਜੁੱਤੀਆਂ ਤੂੰ ਖਾਣੀਆਂ ਮੈਂ ਨਵੀਂ ਜੁੱਤੀ ਪਾਈ ਹੋਈ ਆ
ਬੰਦਾ ਬਣ ਜਾਓ ਬੈੜੀ ਬੁੱਥੀ ਵਾਲਿਆ ਮੈਂ ਲਾਲ ਜੁੱਤੀ ਪਾਈ ਹੋਈ ਆਖਰੀ ਬੈਂਚ ਤੇ ਬੈਠ ਕੇ ਮੈਂ ਨਜ਼ਰ ਪਹਿਲੇ ਤੇ ਟਿਕਾਈ ਹੋਈ ਤੋ ਬਹੁਤ ਵਧੀਆ ਮੇਲਾ ਲੱਗਿਆ ਜੀ ਆਪਣਾ ਬੱਲੇ ਬੱਲੇ ਬੋਲਣਾ ਹਿਲਦੇ ਬਿੱਲੋ ਦੇ ਬਿੱਲੀਆਂ ਬਿੱਲੀਆਂ ਅੱਖਾਂ ਬੋਲਦੀਆਂ ਹੈ ਜੀ ਕੀ ਹਾਲ ਚਾਲ ਹੈ ਜੀ ਬੜੀਆ ਇਹ ਆਪਣੀ ਹੈ ਕਿ ਲੈਂਸ ਪਾਇਆ ਜੀ ਨਹੀਂ ਨਹੀਂ ਮੇਰੀ ਆਪਣੀ ਮੇਰੀ ਆਪਣੀ ਕਿ ਨਹੀਂ ਮੇਰੀ ਆਪਣੀ ਮੇਰੀ ਆਪਣੀ ਮੇਰੀ ਆਪਣੀ ਕੋਈ ਨਹੀਂ ਕੋਈ ਨਹੀਂ ਮੈਂ ਪੁੱਛੇ ਜੀ ਹਾਂਜੀ ਗੋਲੀ ਨਾ ਮਾਰ ਦਿਓ ਕਦੇ ਨਹੀਂ ਨਹੀਂ ਗੋਲੀ ਨਹੀਂ ਤੇ 2014 ਦਾ ਖੁਸ਼ੀ ਵਾਲਾ ਪਲ ਹਮਾਰਾ ਟ੍ਰਿਪ ਗਿਆ ਥਾ ਕਿੱਥੇ ਦੇਹਰਾਦੂਨ ਜਾਂਦੇ ਟ੍ਰਿਪ ਤੁਹਾਡੇ ਹਾਂਜੀ ਬੱਲੇ ਬੱਲੇ ਮੈਂ ਸੋਚਿਆ ਸਾਰੇ ਅੰਬਾਲ ਤੋਂ ਬਾਹਰ ਜਾਂਦੇ ਨਹੀਂ ਅੱਛਾ ਕਿੱਧਰ ਨੂੰ ਗਏ ਸੀ ਦੇਹਰਾਦੂਨ ਹਾਂਜੀ ਅੱਛਾ 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 ਤੋ ਵਹਾਂ ਪੇ ਬਹੁਤ ਇੰਜੋਇਮੈਂਟ ਕੀਆ ਐਂਡ ਫਰੈਂਡਸ ਕੇ ਸਾਥ ਟਾਈਮ ਸਪੈਂਡ ਕਰਨੇ ਕਾ ਮੌਕਾ ਮਿਲਾ ਹਾਂ ਫਿਰ ਉਹ ਫਰੈਂਡਸ ਦੇ ਨਾਲ ਹੋਰ ਯਾਰੀ ਵਧ ਗਈ ਹਾਂਜੀ ਠੀਕ ਹੈ ਠੀਕ ਹੈ ਹੁਣ ਹੁਣ ਗਾਣਾ ਸੁਣਾ ਦਿਓ ਚਲੋ ਹਾਂਜੀ ਆ ਫੜੋ ਜੀ ਮਾਈਕ ਮੁਸਕੁਰਾਨੇ ਕੀ ਵਜ੍ਹਾ ਤੁਮ ਹੋ ਗੁਨਗੁਨਾਨੇ ਕੀ ਵਜ੍ਹਾ ਤੁਮ ਹੋ ਜਿਆ ਜਾਏ ਨਾ ਜਾਏ ਨਾ ਜਾਏ ਨਾ ਓਰੇ ਪੀਆ ਰੇ ਜਿਆ ਜਾਏ ਨਾ ਜਾਏ ਨਾ ਜਾਏ ਨਾ ਓਰੇ ਪੀਆ ਰੇ ਪੀਆ ਰੇ ਥੈਂਕ ਯੂ ਜੀ ਜਿਸ ਰੰਗ ਦੀ ਕੋਟੀ ਉਸ ਰੰਗ ਦੇ ਟੋਪਸ ਬਹੁਤ ਵਧੀਆ ਆ ਕਿੱਦਾਂ ਆ ਪੈਂਟ ਹੈ ਕਿ ਟੈਂਟ ਹੈ ਪੈਂਟ ਹੈ ਜੀ ਪੈਂਟ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਰ ਕੋਈ ਵਿਆਹ ਨਹੀਂ ਛੱਡਣਾ ਆਪਾਂ ਕੋਈ ਕੋਈ ਵਿਆਹ ਤੇ ਬੁਲਾਇਆ ਹੋਵੇ ਕੋਈ ਵਿਆਹ ਨਹੀਂ ਛੱਡਣਾ ਕੋਈ ਪਨੀਰ ਨਹੀਂ ਛੱਡਣਾ ਠੀਕ ਹੈ ਸਹੀ ਬਾਤ ਹਾਂ ਕੋਈ ਜਲੇਬੀ ਨਹੀਂ ਛੱਡਣੀ ਹਾਂ ਪੂਰਾ ਤਗੜਾ ਖਾਣਾ ਹੈ ਤਗੜਾ ਬੰਨੇ ਜੀ ਤਗੜਾ ਬੰਨਾ ਆ ਕੇ ਨਾ ਟਿੱਡ ਇੰਨੀ ਦੂਰ ਜਾਵੇ ਵੀ ਜਦੋਂ ਬੰਦਾ ਜੱਫੀ ਪਾਵੇ ਨਾ ਏਦਾਂ ਗੱਲ ਹੀ ਨਾ ਹੋਵੇ ਢਿੱਡ ਹੀ ਮਿਲ ਜਾਣ ਦੋ ਬੰਦਿਆਂ ਦੇ ਏਡਾ ਕਿ ਢਿੱਡ ਹੋਣਾ ਚਾਹੀਦਾ ਟੰਗ ਟਵਿਸਟਰ ਹੈ ਕੁਛ ਊਂਠ ਊਚਾ ਕੁਛ ਪੂਛ ਊਚੀ ਊਂਠ ਕੀ ਇੱਕ ਖੇਡੋ 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 ਇਹ ਕਿੰਨਾ ਪੈਸਾ ਲਾਇਆ ਵਾਲਾਂ ਤੇ ਕੁਛ ਵੀ ਨਹੀਂ ਨਹੀਂ ਇਹ ਕਹਿੰਦੇ ਉਹ ਕਿਰਾਏ ਫਰੇ ਫਰੂਟ ਨਾ ਜੀ ਨੈਚੁਰਲ ਨੈਚੁਰਲ ਅੱਛਾ ਅੱਛਾ ਸਰਮਾ ਸਰਮਾ ਸੋਹਣਾ ਬਾਈ ਪੇਪਰ ਦੇਣ ਆਇਓ ਕਿ ਇੱਥੇ ਕਿੱਦਾਂ ਇਹਨਾਂ ਤਿਆਰ ਹੋ ਕੇ ਪਤਾ ਕੁਛ ਐਂਟਰਟੇਨਮੈਂਟ ਵੀ ਤਾਂ ਚਾਹੀਏ ਨਾ ਪੇਪਰ ਕੇ ਸਾਥ ਹਾਂ ਆ ਦੇਖੋ ਕਰਨ ਆਏ ਆ ਆਪਾਂ ਹਾਂਜੀ ਠੀਕ ਹੈ ਕਿੱਥੋਂ ਬਿਲੋਂਗ ਕਰਦੇ ਹੋ ਇਸ ਅੰਬਾਲੇ ਤੋਂ ਅੰਬਾਲਾ ਤੋਂ ਤੇ 2014 ਹਾਂਜੀ ਕਿੱਦਾਂ ਦਾ ਰਿਹਾ ਠੀਕ ਥਾ ਫਿਰ ਵੀ ਕਾਲਜ ਬਾਰੇ ਦੱਸੋ ਥੋੜਾ ਜਿਹਾ ਕਿੱਦਾਂ ਦਾ ਕਾਲਜ ਆ ਕਿੱਦਾਂ ਦਾ ਸਟਾਫ ਹੈ ਬੱਚੇ ਕਿੱਦਾਂ ਦੇ ਨੇ ਵਧੀਆ ਕਾਲਜ ਮੈਂ ਐਡਾ ਵੱਡਾ ਸਵਾਲ ਪੁੱਛਿਆ ਵਧੀਆ ਕਾਲਜ ਵਧੀਆ ਟੀਚਰ ਵਧੀਆ ਬੱਚੇ ਵੀ ਵਧੀਆ ਅੱਛਾ ਟੂਰ ਵੀ ਵਧੀਆ ਜਾਂਦਾ ਵਧੀਆ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਬਸ ਪੜ੍ਹਾਈ ਮੈਂ ਕਭੀ ਕਭੀ ਮਨ ਨਹੀਂ ਲੱਗਦਾ ਕਭੀ ਕਭੀ ਮਨ ਨਹੀਂ ਲੱਗਦਾ ਨਹੀਂ ਐਦਾਂ ਹੋਣਾ ਹੀ ਚਾਹੀਦਾ ਹੈ ਕਭੀ ਕਭੀ ਲੈਕਚਰ ਉਹ ਫਿਰ ਚੇਂਜ ਵੀ ਚਾਹੀਦੀ ਹੈ ਹਾਂ ਸਕੂਲ ਲੈ ਕਰੋ ਫਿਰ ਹਾਂਜੀ ਖੇਲ ਲੈਤਾ ਲੈਕਚਰ ਬਾਅਦ 8 ਵਜੇ ਦੇਖਿਆ ਉਹ ਪ੍ਰੋਗਰਾਮ ਠੀਕ ਹੈ ਉਹ ਤਾਂ ਮੈਂ ਦੇਖਦੀ ਹਾਂ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਲੱਗੇ ਗੱਲ ਕਰਕੇ ਥੈਂਕਸ ਫਾਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮੱਚ